ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤ ਮਹਿੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਇਹ ਵੀਡੀਓ ਹੁੰਦੀ ਸਾਡੀ ਕਿਊ ਐਨ ਏ, ਯਾਨੀ ਕਿ ਕੁਸ਼ਚਨ ਅਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਅਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਹਨਾਂ ਕਮੈਂਟ ਦੇ ਰੂਪ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਦਿੰਦਾ। ਦੋਸਤੋ, ਅੱਜ 2021 ਦਾ ਲਾਸਟ ਦਿਨ ਹੈ, ਸੋ ਇਸ ਸਾਲ ਦਾ ਸਾਡਾ ਇਹ ਲਾਸਟ ਕਿਊ ਐਨ ਏ। ਸੋ ਤੁਹਾਡੇ ਪਿਆਰ ਅਤੇ ਸਤਿਕਾਰ ਸਦਕਾ ਅਸੀਂ 171ਵਾਂ ਜਿਹੜਾ ਕਿਊ ਐਨ ਏ ਉਹ ਤੁਹਾਨੂੰ ਦੇ ਰਹੇ ਹਾਂ। ਕੱਲ੍ਹ ਤੋਂ ਨਵਾਂ ਸਾਲ ਜਿਹੜਾ ਸ਼ੁਰੂ ਹੋਣ ਲੱਗਿਆ। ਸੋ ਸਭ ਤੋਂ ਪਹਿਲਾਂ ਤਾਂ ਆਉਣ ਵਾਲੇ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਰੱਬ ਕਰੇ ਤੁਹਾਡਾ ਜਿਹੜਾ ਨਵਾਂ ਸਾਲ ਹੈ ਤੁਹਾਡੇ ਵਾਸਤੇ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਉਹਨਾਂ ਦਾ ਨਵੇਂ ਸਾਲ ਦੇ ਵਿੱਚ ਵੀਜ਼ਾ ਲੱਗੇ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਅਤੇ ਸਾਨੂੰ ਪਿਆਰ ਸਤਿਕਾਰ ਤੁਹਾਡਾ ਇਸ ਤਰ੍ਹਾਂ ਹੀ ਮਿਲਦਾ ਰਹੇ। ਜਿਵੇਂ ਤੁਹਾਨੂੰ ਦੱਸਿਆ ਮੈਂ ਕਿ ਇਸ ਸਾਲ ਦਾ 2021 ਦਾ ਇਹ ਲਾਸਟ ਕਿਊ ਐਨ ਏ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਨਵੇਂ ਸਾਲ ਦੇ ਵਿੱਚ ਕੁਛ ਨਵੀਆਂ ਚੀਜ਼ਾਂ ਐਡ ਕੀਤੀਆਂ ਜਾਣ। ਤੁਸੀਂ ਵੀ ਆਪਣਾ ਸੁਜੈਸ਼ਨ ਸਾਨੂੰ ਜਿਹੜਾ ਉਹ ਦੇ ਸਕਦੇ ਹੋ। ਤੁਸੀਂ ਜੇ ਕੋਈ ਚੀਜ਼ ਇਹਦੇ ਵਿੱਚ ਹੋਰ ਐਡ ਕਰਵਾਉਣੀ ਚਾਹੁੰਦੇ ਹੋ, ਕਿਉਂਕਿ ਜਿਹੜਾ ਕਿਊ ਐਨ ਏ ਸਾਡਾ ਬਹੁਤ ਸਕਸੈਸਫੁੱਲ ਰਿਹਾ ਹੈਗਾ। ਇਹ ਜਿਹੜਾ ਸਾਡਾ ਇੱਕ ਉਪਰਾਲਾ ਸੀ, ਇੱਕ ਸਾਡਾ ਪ੍ਰਯੋਗ ਸੀ, ਉਹ ਵਧੀਆ ਰਿਹਾ ਹੈਗਾ। ਸੋ ਤੁਸੀਂ ਕੁਛ ਚਾਹੁੰਦੇ ਹੋ ਕਿ ਇਸ ਕਿਊ ਐਨ ਏ ਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਕੁਛ ਕੀਤਾ ਜਾਵੇ, ਤਾਂ ਤੁਸੀਂ ਸਾਨੂੰ ਆਪਦਾ ਜਿਹੜਾ ਸੁਜੈਸ਼ਨ ਦੇ ਸਕਦੇ ਹੋ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਊ ਐਨ ਏ। ਸਭ ਤੋਂ ਪਹਿਲਾ ਕਮੈਂਟ ਚਰਨਜੀਤ ਭਗਤ ਲਿਖਦੇ ਨੇ, ਸਰ ਪਲੀਜ਼ ਕਨਫਰਮ ਆਫਟਰ BA MS ਗ੍ਰੈਜੂਏਸ਼ਨ ਕਿਆ ਸਕੋਪ ਹੈ ਕੈਨੇਡਾ ਦੇ ਵਿੱਚ। ਦੋਸਤੋ, ਤੁਸੀਂ ਕੋਈ ਵੀ ਸਟੱਡੀ ਕਰਕੇ ਜਾਂਦੇ ਹੋ, ਹੈ ਨਾ, ਜੇ ਤੁਸੀਂ ਫਰਜ਼ ਕਰੋ ਅੰਡਰ ਗ੍ਰੈਜੂਏਟ ਹੈਗੇ ਹੋ, ਯਾਨੀ ਕਿ ਤੁਸੀਂ ਪਲੱਸ 2 ਕੀਤੀ ਹੈ, ਤੁਸੀਂ ਜਾ ਕੇ ਡਿਪਲੋਮਾ ਜਾਂ ਗ੍ਰੈਜੂਏਸ਼ਨ ਚੁਣ ਸਕਦੇ ਹੋ। ਮੈਡੀਕਲ ਦੇ ਵੀ ਬਹੁਤ ਸਾਰੇ ਕੋਰਸਿਸ ਜਿਹੜੇ ਅਵੇਲੇਬਲ ਨੇ, BAMS ਤੋਂ ਬਾਅਦ ਵੀ ਕਾਫੀ ਸਾਰੇ ਜਿਹੜੇ ਕੋਰਸਿਸ ਅਵੇਲੇਬਲ ਨੇ। ਸੋ ਤੁਸੀਂ ਪ੍ਰੋਪਰ ਜਿਹੜਾ ਹੈਗਾ ਕੰਸਲਟ ਕਰ ਸਕਦੇ ਹੈਗੇ ਹੋ। ਮੈਡੀਕਲ ਦਾ ਵੀ ਕੈਨੇਡਾ ਦੇ ਵਿੱਚ ਬਹੁਤ ਸਾਰਾ ਸਕੋਪ ਹੈ। ਮੈਡੀਕਲ ਵਾਸਤੇ ਜਿਹੜਾ ਵੀ ਤੁਹਾਡਾ ਬੈਂਡ ਸਕੋਰ ਵਧੀਆ ਹੋਣਾ ਚਾਹੀਦਾ, ਤੁਹਾਡੀ ਪਰਸੈਂਟ ਜਿਹੜੀ ਵਧੀਆ ਹੋਣੀ ਚਾਹੀਦੀ ਹੈ, ਅਤੇ ਇਸ ਤੋਂ ਬਾਅਦ ਵੀ ਤੁਸੀਂ ਵਧੀਆ ਕੋਈ ਕੋਰਸ ਲੈ ਸਕਦੇ ਹੋ। ਡਿਟੇਲ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਗਲਾ ਕਮੈਂਟ ਹੈ ਜੀ ਦਿਲਪ੍ਰੀਤ ਸਿੰਘ ਦਾ, ਲਿਖਦੇ ਨੇ ਭਾਅ ਜੀ ਮੇਰਾ ਕਰੰਟ ਅਕਾਊਂਟ ਓਪਨ ਨਵੰਬਰ 'ਚ ਹੋਇਆ, ਡੇਅਰੀ ਫਾਰਮ ਦੇ ਨੇਮ 'ਤੇ ਕਿੰਨੀ ਦੇਰ ਬਾਅਦ ਪਲਾਨਿੰਗ ਕਰ ਸਕਦਾ ਹਾਂ ਮੈਂ? ਟੂਰਿਸਟ ਵੀਜ਼ਾ ਸਟੇਟਮੈਂਟ ਕਿੰਨੀ ਪੁਰਾਣੀ ਚਾਹੀਦੀ ਹੈਗੀ ਜੀ, ਦੱਸੋ ਜੀ। ਦੋਸਤੋ, ਤੁਸੀਂ ਕੋਈ ਵੀ ਬਿਜ਼ਨਸ ਸ਼ੋ ਕਰਦੇ ਹੈਗੇ ਹੋ, ਤੁਹਾਨੂੰ ਤੁਹਾਡੇ ਬਿਜ਼ਨਸ ਵਾਸਤੇ ਤੁਹਾਡੀ ਵਧੀਆ ਜਿਹੜੀ ਹੈਗੀ ਸਟੇਟਮੈਂਟ ਚਾਹੀਦੀ ਹੁੰਦੀ ਹੈ, ਤੁਹਾਡਾ ਵਧੀਆ ਜਿਹੜਾ ਹੈਗਾ ਫਾਈਨੈਂਸ਼ੀਅਲ ਸਟੇਟਸ ਚਾਹੀਦਾ ਹੁੰਦਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਜ਼ਿਆਦਾਤਰ ਕਲਾਇੰਟ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ ਤਾਂ ਵਧੀਆ ITR ਭਰੀ ਸੀਗੀ ਜੀ, ਅਸੀਂ ITR ਦੇ ਵਿੱਚ ਕੋਈ ਕਮੀ ਨਹੀਂ ਰੱਖੀ, ਫਿਰ ਵੀ ਸਾਡਾ ਜਿਹੜਾ ਵੀਜ਼ਾ ਨਹੀਂ ਲੱਗਿਆ। ਪਰ ITR ਦੇ ਨਾਲ ਨਾਲ ਤੁਹਾਡੀ ਟ੍ਰਾਂਜੈਕਸ਼ਨ ਵੀ ਜਿਹੜੀ ਉਹ ਵਧੀਆ ਹੋਣੀਆਂ ਚਾਹੀਦੀਆਂ ਨੇ। ਇਹ ਨਹੀਂ ਹੈ ਕਿ ਇਕੱਲਾ ਤੁਸੀਂ ITR ਭਰ ਕੇ ਦੇ ITR ਤਾਂ ਕੋਈ ਵੀ ਭਰ ਸਕਦਾ। ਸੋ ਤੁਸੀਂ ITR ਦੇ ਨਾਲ ਨਾਲ ਜਿਹੜਾ ਆਪਣਾ ਕਰੰਟ ਅਕਾਊਂਟ ਹੈ ਉਹਨੂੰ ਵੀ ਤੁਸੀਂ ਮੇਨਟੇਨ ਕਰਨਾ ਹੈਗਾ। ਜਿਵੇਂ ਦਿਲਪ੍ਰੀਤ ਜੀ ਲਿਖਦੇ ਨੇ ਕਿ ਮੇਰਾ ਕਰੰਟ ਅਕਾਊਂਟ ਨਵੰਬਰ 'ਚ ਓਪਨ ਹੋਇਆ, ਜੇ ਨਵੰਬਰ 'ਚ ਓਪਨ ਹੋਇਆ ਤੁਸੀਂ ਘੱਟੋ ਘੱਟ ਮਾਰਚ ਤੱਕ ਵੇਟ ਕਰੋ। ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, 5 ਮਹੀਨੇ ਦੀ ਸਟੇਟਮੈਂਟ ਲਾ ਕੇ ਤੁਸੀਂ ਅਪ੍ਰੈਲ ਦੇ ਵਿੱਚ ਆਪਦਾ ਅਪਲਾਈ ਕਰ ਸਕਦੇ ਹੋ। ਤੁਹਾਡੀ ਜਿਹੜੀ ਸਟੇਟਮੈਂਟ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ, ਤੁਹਾਡੀ ITR ਦੇ ਨਾਲ, ਤੁਹਾਡੀ ਬਿਜ਼ਨਸ ਰਜਿਸਟ੍ਰੇਸ਼ਨ ਦੇ ਨਾਲ ਨਾਲ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਬੈਂਕ ਸਟੇਟਮੈਂਟ ਤੋਂ ਅੰਬੈਸੀ ਨੂੰ ਤੁਹਾਡੇ ਫਾਈਨੈਂਸ਼ੀਅਲੀ ਸਟੇਟਸ ਦਾ ਜਿਹੜਾ ਪਤਾ ਲੱਗਦਾ ਹੈ। ਸੋ ਕੋਈ ਵੀ ਤੁਸੀਂ ਬਿਜ਼ਨਸ ਕਰਦੇ ਹੈਗੇ ਹੋ, ਬੈਂਕ ਸਟੇਟਮੈਂਟ ਜਿਹੜੀ ਹੈਗੀ ਹੈ ਇੰਪੋਰਟੈਂਟ ਹੈ। ਠੀਕ ਹੈ, ਦੇਖੋ ਦੋਸਤੋ ਕੀ ਹੁੰਦਾ ਹੈ ਕਿ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਇੰਪੋਰਟੈਂਟ ਹੈ, ITR ਵੀ ਜਿਹੜੀ ਹੈਗੀ ਇੰਪੋਰਟੈਂਟ ਹੈ। ITR ਤੁਹਾਡੀ ਇਨਕਮ ਨੂੰ ਵੈਰੀਫਾਈ ਕਰਦੀ ਹੈ ਕਿ ਤੁਹਾਡੀ ਇੰਨੀ ਇਨਕਮ ਹੈ, ਇਨਕਮ ਕਿਵੇਂ ਹੈ, ਕਿੱਥੋਂ ਤੁਹਾਨੂੰ ਇਨਕਮ ਆ ਰਹੀ ਹੈ, ਕੀ ਸਹੀ ਹੈ, ਕਿ ਤੁਸੀਂ ਫੇਕ ITR ਤਾਂ ਨਹੀਂ ਭਰ ਰੱਖੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੈਂਕ ਸਟੇਟਮੈਂਟ ਤੋਂ ਬਿਆਨ ਹੁੰਦਾ ਹੈ। ਬੈਂਕ ਸਟੇਟਮੈਂਟ ਵੀ ਇਕੱਲੀ ਕੁਛ ਨਹੀਂ ਕਰ ਸਕਦੀ, ਬੈਂਕ ਸਟੇਟਮੈਂਟ ਨਾਲ ITR, ਉਸ ਦੇ ਨਾਲ ਤੁਹਾਡੀ ਜਿਹੜੀ ਬਿਜ਼ਨਸ ਦੀ ਰਜਿਸਟ੍ਰੇਸ਼ਨ, ਕੋਈ ਵਰਕ ਆਰਡਰ, ਕੋਈ ਪਰਚੇਜ਼ ਆਰਡਰ ਤੁਹਾਡੇ ਕੋਲ ਹੋਵੇ, ਇਸ ਤੋਂ ਇਲਾਵਾ ਤੁਹਾਡੀ ਪ੍ਰੋਪਰਟੀ ਦੀ ਵੈਲਿਊਏਸ਼ਨ। ਸੋ ਹਰ ਇੱਕ ਡਾਕੂਮੈਂਟ ਦੀ ਆਪਣੀ ਇੱਕ ਇੰਪੋਰਟੈਂਸ ਹੈਗੀ ਹੈ। ਸੋ ਇਕੱਲਾ ਇਕੱਲਾ ਡਾਕੂਮੈਂਟ ਜਿਹੜਾ ਹੈਗਾ ਤੁਹਾਡਾ ਵੀਜ਼ਾ ਲੱਗਣ ਦੇ ਵਿੱਚ ਆਪਦਾ ਰੋਲ ਅਦਾ ਕਰਦਾ ਹੈਗਾ। ਅਗਲਾ ਕਮੈਂਟ ਹੈ ਗੌਰਵ ਸ਼ਰਮਾ ਦਾ, ਗੌਰਵ ਸ਼ਰਮਾ ਲਿਖਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਅੰਬੈਸੀ 25 ਦਸੰਬਰ ਤੋਂ ਬਾਅਦ ਅਜੇ ਕੰਮ ਕਰ ਰਹੀ ਹੈ ਜਾਂ ਬੰਦ ਹੈ ਕ੍ਰਿਸਮਿਸ ਹੋਲੀਡੇ ਦੀਆਂ ਵਜ੍ਹਾ ਨਾਲ, ਮਤਲਬ ਇਹਨਾਂ ਦਿਨਾਂ ਵਿੱਚ ਵੀਜ਼ਾ ਆ ਰਹੇ ਨੇ ਕਿ ਨਹੀਂ? ਦੇਖੋ ਜੀ, ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਛੁੱਟੀ ਹੁੰਦੀ ਹੈ, ਕ੍ਰਿਸਮਿਸ 'ਤੇ ਛੁੱਟੀਆਂ ਹੁੰਦੀਆਂ ਨੇ, ਪਰ ਹਾਂ ਕਈ ਕੰਟਰੀ ਦੀ ਅੰਬੈਸੀਜ ਕੁਛ ਦਿਨ ਲਈ ਛੁੱਟੀਆਂ ਕਰਦੀਆਂ ਨੇ, ਕਈ 10 ਦਿਨ ਲਈ ਕਰਦੀਆਂ ਨੇ, ਕਈ 5 ਦਿਨ ਲਈ ਕਰਦੀਆਂ ਨੇ, ਕਈ ਰਿਜ਼ਲਟ ਆਏ ਵੀ ਨੇ। ਸੋ ਜ਼ਿਆਦਾਤਰ ਜਿਹੜਾ ਹੈਗਾ ਉਹ ਯਾਨੀ ਕਿ ਕੰਮ ਹਾਲੇ ਰੁਕਿਆ ਹੋਇਆ।
ਸੋ 2-3 ਤਰੀਕ ਤੋਂ ਬਾਅਦ ਜਿਹੜਾ ਕੰਮ ਹੈ ਉਹ ਫਿਰ ਚੱਲਣ ਦੀ ਉਮੀਦ ਹੈ। ਪਰ ਤੁਸੀਂ ਆਪਦਾ ਜਿਹੜਾ ਵੀਜ਼ਾ ਦੋਸਤੋ ਉਹ ਜ਼ਰੂਰ ਅਪਲਾਈ ਕਰ ਸਕਦੇ ਹੋ। ਵੀਜ਼ਾ ਅਪਲਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਕਿਉਂਕਿ ਸਾਰਾ ਔਨਲਾਈਨ ਪ੍ਰੋਸੈਸ ਹੁੰਦਾ ਹੈ, ਔਨਲਾਈਨ ਪ੍ਰੋਸੈਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੀਤਾ ਜਾ ਸਕਦਾ, ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਗਲਾ ਕਮੈਂਟ ਹੈ ਹੈਪੀ ਸਿੰਘ ਦਾ, ਲਿਖਦੇ ਨੇ ਭਾਅ ਜੀ ਜੇ ਬੰਦਾ ਕੈਨੇਡਾ ਵਿਟਰ ਵੀਜ਼ੇ 'ਤੇ ਗਿਆ ਹੋਵੇ ਅਤੇ ਉੱਥੇ ਜਾ ਕੇ US ਦਾ ਟੂਰਿਸਟ ਵੀਜ਼ਾ ਲਾ ਸਕਦਾ ਹੈ ਜੀ? ਜੇ ਲਾ ਸਕਦਾ ਹੈ ਤਾਂ ਉੱਥੇ ਪ੍ਰੋਫਾਈਲ ਕੀ ਦਿਖਾਉਣੀ ਪੈਂਦੀ ਹੈ ਜੀ? ਇੰਡੀਆ 'ਚੋਂ ਜੋ ਕੰਮ ਕਰਦੇ ਉਹੀ ਸ਼ੋਅ ਕਰਨਾ ਪੈਂਦਾ ਹੈ ਜਾਂ ਫਿਰ ਉੱਥੇ ਦਾ ਹੀ ਦੱਸਣਾ ਪੈਂਦਾ ਜੀ? ਦੇਖੋ, ਜਿਹੜਾ ਬੰਦਾ ਇੱਥੋਂ ਕੈਨੇਡਾ ਵੀਜ਼ਾ 'ਤੇ ਜਾਂਦਾ ਟੂਰਿਸਟ ਵੀਜ਼ਾ, ਅਤੇ ਉਹ ਡੈਫੀਨੇਟ ਉੱਥੋਂ ਵੀਜ਼ਾ ਅਪਲਾਈ ਕਰ ਸਕਦਾ। ਪਰ ਉੱਥੋਂ ਵੀਜ਼ਾ ਅਪਲਾਈ ਕਰਨ 'ਚ ਇਹ ਦਿੱਕਤ ਆਉਂਦੀ ਹੈ ਕਿ ਤੁਸੀਂ ਇੰਡੀਆ ਦੇ ਵਿੱਚ USA ਵਾਸਤੇ ਇੰਟਰਵਿਊ ਆਪਦੀ ਭਾਸ਼ਾ 'ਚ ਦੇ ਸਕਦੇ ਹੋ। ਕੋਈ ਹਿੰਦੀ 'ਚ ਦੇ ਸਕਦਾ ਹੈ, ਕੋਈ ਪੰਜਾਬੀ 'ਚ ਦੇ ਸਕਦਾ, ਕੋਈ ਹੋਰ ਲੈਂਗੁਏਜ ਦੇ ਸਕਦਾ। ਪਰ ਕੈਨੇਡਾ ਜਾ ਕੇ ਤੁਸੀਂ ਹਿੰਦੀ ਪੰਜਾਬੀ ਦੇ ਵਿੱਚ ਜਿਹੜੀ ਇੰਟਰਵਿਊ ਨਹੀਂ ਦੇ ਸਕਦੇ, ਉੱਥੇ ਤੁਹਾਨੂੰ ਆਪਦੇ ਨਾਲ ਕੋਈ ਟਰਾਂਸਲੇਟਰ ਲੈ ਕੇ ਜਾਣਾ ਪਵੇਗਾ ਜਿਹੜਾ ਤੁਹਾਡੀ ਭਾਸ਼ਾ ਨੂੰ ਅੰਬੈਸੀ ਅਫਸਰ ਨੂੰ ਸਮਝਾ ਸਕੇ। ਅਤੇ ਰਹੀ ਗੱਲ ਕੰਮ ਦੀ, ਕੰਮ ਤਾਂ ਜਿਹੜਾ ਤੁਸੀਂ ਆਪਦੀ ਕੈਨੇਡਾ ਵਾਲੀ ਪ੍ਰੋਫਾਈਲ ਦੇ ਵਿੱਚ ਭਰਿਆ ਸੀਗਾ ਉਹੀ ਕੰਮ ਦਿਖਾਉਣਾ ਪੈਂਦਾ ਹੈ, ਕਿਉਂਕਿ ਉੱਥੇ ਜਾ ਕੇ ਤੁਸੀਂ ਟੂਰਿਸਟ ਵੀਜ਼ੇ 'ਤੇ ਕੰਮ ਨਹੀਂ ਕਰ ਸਕਦੇ, ਤੁਸੀਂ ਕੰਮ ਨਹੀਂ ਦਿਖਾ ਸਕਦੇ। ਅਤੇ ਦੂਜਿਆਂ ਕੈਨੇਡਾ ਅਤੇ ਅਮੈਰੀਕਾ ਆਪਸ ਦੇ ਵਿੱਚ ਜਿਹੜਾ ਹੈਗਾ ਡਾਟਾ ਸ਼ੇਅਰ ਕਰਦਾ, ਸੋ ਜੋ ਤੁਸੀਂ ਕੈਨੇਡਾ ਦੀ ਫਾਈਲ ਦੇ ਵਿੱਚ ਆਪਦਾ ਕੰਮ ਦਿਖਾਇਆ ਸੀਗਾ ਉਹੀ ਦਿਖਾਉਣਾ ਪੈਂਦਾ, ਤਾਂ ਹੀ ਜਿਹੜਾ ਵੀਜ਼ਾ ਮਿਲਦਾ ਹੈ। ਕੋਕਾ ਚਾਹ ਲਿਖਦੇ ਨੇ, ਹੈਲੋ ਸਰ, ਮੈਂ ਵੀਜ਼ਾ ਅਪਲਾਈ ਕੀਤਾ, ਮੇਰਾ ਏਜੰਟ ਕਹਿੰਦਾ ਅੰਬੈਸੀ ਫੀਸ 4 ਜਨਵਰੀ ਨੂੰ ਭਰੀ ਜਾਊ, ਕਹਿੰਦਾ ਅਜੇ ਹੋਲੀਡੇ ਹੈ ਅੰਬੈਸੀ 'ਚ, ਐਵੇਂ ਹੁੰਦਾ ਸਰ? ਦੱਸੋ। ਨਹੀਂ, ਐਵੇਂ ਤਾਂ ਕੁਛ ਨਹੀਂ ਹੈਗਾ, ਅੱਜ ਵੀ ਅਸੀਂ ਫਾਈਲਾਂ, ਅੱਜ 31 ਜਿਹੜਾ ਹੈਗਾ ਦਸੰਬਰ ਹੈ, ਅਸੀਂ ਅੱਜ ਵੀ ਫਾਈਲਾਂ ਲਾਂਚ ਕੀਤੀਆਂ ਨੇ, ਅੱਜ ਵੀ ਅੰਬੈਸੀ ਡਾਇਰੈਕਟ ਕਾ ਹੋ ਰਹੀ ਹੈ। ਇਹ ਸਾਰਾ ਔਨਲਾਈਨ ਪ੍ਰੋਸੈਸ ਹੁੰਦਾ ਜੀ, ਇਹਦੇ ਵਿੱਚ ਕੋਈ ਇਹ ਥੋੜ੍ਹੀ ਕਿ ਅੰਬੈਸੀ ਖੁੱਲ੍ਹੇਗੀ ਜਾਂ ਬੰਦ ਹੋਏਗੀ, ਫਿਰ ਤੁਹਾਡੀ ਅੰਬੈਸੀ ਫੀਸ ਜਾਣੀ ਹੈਗੀ ਹੈ। ਅੰਬੈਸੀ ਫੀਸ ਤੁਹਾਡੀ ਹੁਣ ਵੀ ਘੱਟ ਰਹੀ ਹੈ, ਸੰਡੇ ਨੂੰ ਤੁਸੀਂ ਫਾਈਲ ਲਾ ਸਕਦੇ ਹੋ, ਸੈਟਰਡੇ ਨੂੰ ਲਾ ਸਕਦੇ ਹੋ, ਕਿਸੇ ਛੁੱਟੀ ਵਾਲੇ ਦਿਨ ਵੀ ਤੁਸੀਂ ਫਾਈਲ ਲਾ ਸਕਦੇ ਹੋ। ਇਹ ਆਟੋਮੈਟਿਕ ਜਿਹੜਾ ਹੈਗਾ ਪ੍ਰੋਸੈਸ ਹੈ, ਯਾਨੀ ਕਿ ਇਹ ਪ੍ਰੋਸੈਸ ਦੇ ਵਿੱਚ ਕਿਸੇ ਦੀ ਕੋਈ ਦਖਲ ਅੰਦਾਜ਼ੀ ਨਹੀਂ, ਔਨਲਾਈਨ ਪ੍ਰੋਸੈਸ ਹੈ। ਇਹਦੇ ਵਾਸਤੇ ਕਿਸੇ ਅੰਬੈਸੀ ਦੇ ਖੁੱਲ੍ਹਣ ਦੀ ਜਾਂ ਬੰਦ ਹੋਣ ਦਾ ਜਿਹੜਾ ਹੈਗਾ ਵੇਟ ਨਹੀਂ ਕਰਨੀ ਪੈਂਦੀ। ਸੋ ਤੁਹਾਡਾ ਏਜੰਟ ਕਹਿ ਰਿਹਾ, ਪਤਾ ਨਹੀਂ ਕਿਉਂ ਕਹਿ ਰਿਹਾ, ਤਾਂ ਤੁਸੀਂ ਜਾਣੋ ਜਾਂ ਉਹ ਜਾਣ ਸਕਦਾ ਹੈਗਾ, ਪਰ ਜਿਹੜਾ ਅੰਬੈਸੀ ਫੀਸ ਹੈ ਉਹ ਕਦੇ ਭਰੀ ਜਾ ਸਕਦੀ ਹੈ। ਜਿਹੜਾ ਔਨਲਾਈਨ ਫਾਈਲ ਸਿਸਟਮ ਹੈਗਾ ਉਹਦਾ ਅੰਬੈਸੀ ਬੰਦ ਹੋਣ ਨਾਲ ਕੋਈ ਸਰੋਕਾਰ ਨਹੀਂ ਹੈਗਾ, ਅੰਬੈਸੀ ਦੀਆਂ ਫਾਈਲਾਂ ਅੱਜ ਵੀ ਲੱਗ ਰਹੀਆਂ ਨੇ। ਮਲਿਕ ਆਸਿਫ ਲਿਖਦੇ ਨੇ, ਹੈਲੋ ਸਰ, ਮੈਂ ਆਸਿਫ ਸਬੀਰ, ਹਾਂ ਮੈਂ US ਆਬੂਧਾਬੀ ਮੈਂ ਹੂੰ, ਮੈਨੇ ਕੈਨੇਡਾ ਕੇ ਲਈ ਅਪਲਾਈ ਕੀਆ ਹੁਆ ਹੈ, ਡੀ ਕੈਟਾਗਰੀ, ਨੋ ਕੋਡ ਹੈ 6731, ਲਾਈਟ ਡਿਊਟੀ ਕਲੀਨਰ, ਮੁਝੇ ਲੀਮੀਆ ਔਰ ਆਫਰ ਵੀ ਮਿਲ ਗਿਆ ਹੈ, ਸਰ ਪਲੀਜ਼ ਬਤਾਓ ਕਿਆ ਕਿਆ ਡਾਕੂਮੈਂਟ ਚਾਹੀਏ। ਦੇਖੋ ਜੀ, ਵਰਕ ਪਰਮਿਟ ਵਾਸਤੇ ਬ੍ਰਦਰ, ਜਿਹੜੀ ਤੁਹਾਡੀ ਡੀ ਕੈਟਾਗਰੀ ਦੀ ਜੋਬ ਹੈ, ਇਸ ਵਾਸਤੇ ਸਾਨੂੰ ਆਈਲੈਟਸ ਦੀ ਜ਼ਰੂਰਤ ਨਹੀਂ ਹੈ, ਸੀ ਅਤੇ ਡੀ ਦੇ ਵਿੱਚ ਆਈਲੈਟਸ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਤੁਸੀਂ +2 ਹੋਣੇ ਚਾਹੀਦੇ ਹੋ। ਇਸ ਤੋਂ ਇਲਾਵਾ ਤੁਹਾਡੇ ਕੋਲ ਉਹ ਸੇਮ ਪ੍ਰੋਫਾਈਲ ਦਾ, ਜਿਸ ਪ੍ਰੋਫਾਈਲ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਸੋ ਤੁਹਾਡਾ ਐਕਸਪੀਰੀਅੰਸ, ਤੁਹਾਡੀ ਏਜ 45 ਸਾਲ ਤੋਂ ਘੱਟ ਹੋਵੇ, ਤੁਹਾਡੀ ਕੁਆਲੀਫਿਕੇਸ਼ਨ +2 ਹੋਵੇ, ਇਹ ਸੀ ਅਤੇ ਡੀ ਕੈਟਾਗਰੀ ਦੀਆਂ ਰਿਕੁਆਇਰਮੈਂਟਸ ਨੇ। ਜਿਹੜੇ ਬੰਦੇ ਬੀ ਕੈਟਾਗਰੀ ਦੇ ਵੀ ਜਾਣਾ ਚਾਹੁੰਦੇ ਨੇ, ਜਿਵੇਂ ਆਫਿਸ ਐਡਮਿਨ ਹੋ ਗਿਆ, ਆਫਿਸ ਐਸ ਐਡਮਿਨਿਸਟ੍ਰੇਟਰ ਹੋ ਗਿਆ, ਕੁੱਕ ਹੋ ਗਏ, ਕਾਰਪੈਂਟਰ ਹੋ ਗਏ, ਸੋ ਇਸ ਤਰ੍ਹਾਂ ਦੇ ਬੀ ਕੈਟਾਗਰੀ ਦੇ ਵਿੱਚ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਗ੍ਰੈਜੂਏਟ ਹੋਵੇ, ਉਸ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ, ਤੁਹਾਡੀ ਏਜ 45 ਸਾਲ ਅਤੇ 5.5 ਬੈਂਡ, ਇਹ ਜ਼ਰੂਰੀ ਹੈ। ਸੋ ਡਿਪੈਂਡ ਕਰਦਾ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਅਤੇ ਤੁਹਾਨੂੰ ਕਿਸ ਤਰ੍ਹਾਂ ਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਣੀਆਂ ਨੇ। ਸੋ ਮਲਿਕ ਸਾਹਿਬ, ਤੁਹਾਡੇ ਵਾਸਤੇ ਐਕਸਪੀਰੀਅੰਸ ਜਿਹੜਾ ਹੈਗਾ ਮੋਸਟ ਹੈ, ਕੁਆਲੀਫਿਕੇਸ਼ਨ ਤੁਹਾਡੀ ਹੋਏਗੀ, ਸੋ ਐਕਸਪੀਰੀਅੰਸ ਮੋਸਟ ਹੈ, ਤੁਸੀਂ ਐਕਸਪੀਰੀਅੰਸ ਲੈ ਕੇ ਆਪਦੀ ਫਾਈਲ ਜਿਹੜੀ ਹੈਗੀ ਹੈ ਵਰਕ ਪਰਮਿਟ ਵਾਸਤੇ ਲਾ ਸਕਦੇ ਹੋ ਜੀ। ਮਨਦੀਪ ਸਿੰਘ ਦਾ ਅਗਲਾ ਕਮੈਂਟ ਹੈ ਜੀ, ਸਰ ਆਈ ਐਮ ਵਰਕਿੰਗ ਇਨ ਮਰਚੈਂਟ ਨੇਵੀ, ਸਰ ਮੈਨੂੰ ਪਾਸਪੋਰਟ ਸਟੈਂਪ ਹੋਣੇ ਕੇ ਲੀ ਰਿਕੁਐਸਟ ਆਈ ਹੈ, ਬਟ ਨਾਓ ਆਈ ਐਮ ਨੋਟ ਸਟਿਲ ਇਨ ਇੰਡੀਆ ਔਨ ਜੋਬ, ਕਬ ਤੱਕ ਪਾਸਪੋਰਟ ਸਟੈਂਪ ਹੋਣੇ ਕੇ ਲੀ ਭੇਜ ਸਕਦੇ ਹੈ? ਦੇਖੋ ਜੀ, ਤੁਸੀਂ 1 ਮਹੀਨੇ ਦੇ ਵਿੱਚ ਵੀ ਤੁਹਾਨੂੰ ਜਿਹੜਾ ਪਾਸਪੋਰਟ ਸਟੈਂਪ ਕਰਨ ਲਈ ਭੇਜਣਾ ਪੈਂਦਾ ਹੈ, ਅਦਰਵਾਈਜ਼ ਦਿੱਕਤ ਆ ਜਾਂਦੀ ਹੈ। ਸੋ ਇਹ ਤਾਂ ਤੁਹਾਨੂੰ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਕਿੱਥੇ ਹੋਵੋਗੇ ਜਦੋਂ ਤੁਹਾਡੀ PPR ਆ ਜਾਏਗੀ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਜਿੱਥੇ ਕਿਤੇ ਵੀ ਤੁਸੀਂ ਹੈਗੇ ਹੋ ਉੱਥੇ ਛੁੱਟੀ ਲੈ ਕੇ ਪੋਰਟ 'ਤੇ ਉਤਰ ਕੇ ਉੱਥੋਂ ਹੀ ਆਪਦਾ ਵੀਜ਼ਾ ਸਟੈਂਪ ਕਰਵਾ ਸਕਦੇ ਹੋ, ਕਿਉਂਕਿ ਕੈਨੇਡਾ ਜਿਹੜੀ ਅੰਬੈਸੀ ਹੈ ਉਹ ਤੁਹਾਨੂੰ ਇਸ ਚੀਜ਼ ਦੀ ਖੁੱਲ੍ਹ ਦਿੰਦੀ ਹੈ ਕਿ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ 'ਚ ਹੈਗੇ ਹੋ। ਜੇ ਤੁਹਾਡੀ PPR ਆ ਗਈ ਹੈਗੀ ਹੈ ਤਾਂ ਤੁਸੀਂ ਉੱਥੋਂ ਹੀ, ਜਿੱਥੇ ਤੁਹਾਨੂੰ ਕੈਨੇਡਾ VFS ਨੇੜੇ ਪੈਂਦਾ ਹੈਗਾ, ਉੱਥੋਂ ਹੀ ਆਪਦਾ ਜਿਹੜਾ ਸਟੈਂਪ ਕਰਵਾ ਸਕਦੇ ਹੋ। ਪਰ ਹੁਣ ਦਿੱਕਤ ਇੱਕ ਹੋਰ ਆਏਗੀ ਵੀ ਹੁਣ VFS ਦੇ ਵਿੱਚ ਡਾਇਰੈਕਟ ਪਾਸਪੋਰਟ ਸਬਮਿਟ ਨਹੀਂ ਹੁੰਦੇ, ਸੋ ਤੁਹਾਨੂੰ
ਕੋਈ ਪਾਰਟੀਕੂਲਰ ਹੋਟਲ ਦਾ ਜਾਂ ਜਿੱਥੇ ਤੁਸੀਂ ਰੁਕੋਗੇ ਉੱਥੇ ਦਾ ਐਡਰੈਸ ਤੁਹਾਨੂੰ ਦੇਣਾ ਪਏਗਾ, ਉੱਥੋਂ ਹੀ ਤੁਹਾਡਾ ਜਿਹੜਾ ਪਾਸਪੋਰਟ ਹੈ ਬਿਲਕੁਲ ਡਾਟ ਵਾਲੇ ਪਿੱਕ ਕਰਨਗੇ ਅਤੇ ਉੱਥੇ ਡਿਲੀਵਰ ਕਰਨਗੇ। ਸੋ ਇਸ ਪ੍ਰੋਸੈਸ ਨੂੰ 10 ਡੇਜ਼ ਦਾ ਟਾਈਮ ਲੱਗ ਜਾਂਦਾ ਹੈ। ਸੋ ਤੁਸੀਂ ਜਿੱਥੇ ਵੀ ਹੋ, ਵਰਲਡ ਦੇ ਕਿਸੇ ਵੀ ਕੋਨੇ 'ਚ ਹੈਗੇ ਹੋ, ਉੱਥੇ ਜੇ ਤੁਹਾਡਾ ਸ਼ਿਪ ਲੱਗਿਆ ਹੋਇਆ ਉੱਥੇ ਤੁਸੀਂ ਉਤਰ ਜਾਓ ਜਾਂ ਵੀਜ਼ਾ ਵਗੈਰਾ ਲੈ ਲਓ, ਉੱਥੇ ਤੁਸੀਂ ਆਪਣਾ ਵੀਜ਼ਾ ਸਟੈਂਪ ਕਰਾਉਂਗੇ, ਜਾਂ 1 ਮਹੀਨੇ ਦੇ ਵਿੱਚ ਵੀ ਤੁਸੀਂ ਇੰਡੀਆ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ, ਕਿਉਂਕਿ 1 ਮਹੀਨੇ ਤੁਸੀਂ ਜ਼ਿਆਦਾ ਲੇਟ ਹੋਵੋਗੇ ਫਿਰ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਮਨਦੀਪ ਸਿੰਘ ਲਿਖਦੇ ਨੇ, ਟੂਰਿਸਟ ਵੀਜ਼ਾ ਤੋਂ ਬਾਅਦ ਉੱਥੇ ਵਰਕ ਪਰਮਿਟ 'ਤੇ ਕਿੰਨੀ ਕੋਸਟ ਲੱਗਦੀ ਹੈ ਭਾਅ ਜੀ? ਦੇਖੋ ਜੀ, ਜਿਹੜੇ ਬੰਦੇ ਨੇ ਵੀ ਰਮਨਦੀਪ ਜੀ ਜਿਹਦੇ ਕੋਲ ਟੂਰਿਸਟ ਵੀਜ਼ਾ ਹੈਗਾ, ਉਹ ਬੰਦਾ ਆਪਦੇ ਵੀਜ਼ੇ ਨੂੰ ਟੂਰਿਸਟ ਵੀਜ਼ੇ ਨੂੰ ਵਰਕ ਪਰਮਿਟ 'ਚ ਕਨਵਰਟ ਕਰ ਸਕਦਾ ਹੈ। ਕੋਸਟ ਕਿੰਨੀ ਲੱਗਦੀ ਹੈ? ਕੋਸਟ ਡਿਪੈਂਡ ਕਰਦੀ ਹੈ ਇੰਪਲਾਇਰ 'ਤੇ। ਦੇਖੋ, ਜੇਕਰ ਇੰਪਲਾਇਰ ਨੂੰ ਲੋੜ ਹੈਗੀ ਹੈ, ਕਿਸੇ ਬੰਦੇ ਦੀ ਵਾਕਈ ਜ਼ਰੂਰਤ ਹੈਗੀ ਹੈ, ਅਤੇ ਤੁਸੀਂ ਉਸ ਤਰ੍ਹਾਂ ਦਾ ਕੰਮ ਜਾਣਦੇ ਹੋ ਤਾਂ ਤੁਹਾਨੂੰ ਫ੍ਰੀ ਆਫ ਕੋਸਟ ਵੀ LMI ਦੇ ਸਕਦਾ, ਜੋਬ ਆਫਰ ਦੇ ਸਕਦਾ। ਦੂਜਾ ਹੈਗਾ, ਜੇ ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡਾ ਕੋਈ ਦੋਸਤ ਮਿੱਤਰ ਹੈਗਾ, ਤੁਹਾਨੂੰ ਕੋਈ ਜਾਣਨ ਵਾਲਾ ਬੰਦਾ ਹੈਗਾ, ਉਹਦਾ ਕੰਮ ਹੈ, ਉਹ LMI ਦੀ ਕੋਸਟ 'ਤੇ ਵੀ ਤੁਹਾਨੂੰ ਜੋਬ ਪ੍ਰੋਵਾਈਡ ਕਰਾ ਸਕਦਾ। LMI ਦੀ ਕੋਸਟ $5,000 ਹੁੰਦੀ ਹੈ। ਤੀਜਾ, ਜੇ ਤੁਸੀਂ ਮਾਰਕੀਟ ਤੋਂ ਚੁੱਕੋਗੇ ਤਾਂ ਉੱਥੇ $20,000 ਤੋਂ ਲੈ ਕੇ ਉੱਤੇ ਕਿਤੇ ਵੀ ਜਾ ਕੇ ਜਿਹੜਾ ਹੈਗਾ ਕੋਸਟ ਪੈ ਜਾਂਦੀ ਹੈ। ਸੋ ਜਿਹੜੀ ਕੋਸਟ ਹੈ ਡਿਪੈਂਡ ਕਰਦੀ ਹੈ ਸਰਕਮ ਸਟਾਂਸਿਸ 'ਤੇ। ਸੁਖਵਿੰਦਰ ਸਿੰਘ ਦਾ ਅਗਲਾ ਕਮੈਂਟ ਹੈ, ਹੈਪੀ ਨਿਊ ਈਅਰ ਸਰ, ਬਤਾ ਦੀਏ ਆਫਰ ਲੈਟਰ ਐਸੋਸੀਏਟ ਔਰ ਆਰਟ ਇਨ ਫਿਜੀਸ਼ੀਅਨ ਮੈਡੀਕਲ ਸਟਰੀਮ ਆਈ ਹੈ ਜੀ, ਪ੍ਰੋਸੈਸ ਸਟਾਰਟ ਕਰ ਦਈਏ ਜੀ। ਹਾਂਜੀ ਬਿਲਕੁਲ, ਜੇ ਤੁਹਾਨੂੰ ਆਫਰ ਆਈ ਹੈਗੀ ਹੈ ਜੀ, ਤੁਹਾਨੂੰ ਪ੍ਰੋਸੈਸ ਜਿਹੜਾ ਹੈਗਾ ਸ਼ੁਰੂ ਕਰ ਦੇਣਾ ਚਾਹੀਦਾ ਜੀ। ਤੁਸੀਂ ਆਪਦੇ ਕਾਗਜ਼ਾਂ ਪੱਤਰਾਂ ਦਾ ਧਿਆਨ ਰੱਖ ਕੇ ਅਪਲਾਈ ਕਰ ਸਕਦੇ ਹੋ ਜੀ, ਬਿਲਕੁਲ। ਔਰ ਫਿਰ ਸਾਰਿਆਂ ਨੂੰ ਹੈਪੀ ਨਿਊ ਈਅਰ। ਸੁਖਵਿੰਦਰ ਸਿੰਘ ਜੀ ਲਿਖਦੇ ਨੇ ਹੈਪੀ ਨਿਊ ਈਅਰ ਜੀ ਸਾਰਿਆਂ ਨੂੰ, ਜਿੰਨੇ ਮੇਰੇ ਵੀਰ ਮੇਰੀ ਵੀਡੀਓ ਦੇਖ ਰਹੇ ਨੇ, ਹੈਪੀ ਨਿਊ ਈਅਰ ਹੈ। ਅੱਜ ਦੇ ਸਾਲ ਦਾ ਸਾਡਾ ਇਹ ਲਾਸਟ Q&A, ਸੋ ਨਵੇਂ ਸਾਲ ਦੇ ਵਿੱਚ ਨਵੇਂ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨਵੇਂ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਸੁਜੈਸਟ ਕਰ ਸਕਦੇ ਹੋ। ਤੁਹਾਡਾ ਸਭ ਤੋਂ ਪਹਿਲਾਂ ਤਾਂ ਬੜਾ ਧੰਨਵਾਦ ਹੈ ਕਿ ਤੁਸੀਂ ਮੇਰੇ ਇਸ ਪ੍ਰੋਗਰਾਮ ਨੂੰ Q&A ਨੂੰ ਬਹੁਤ ਪਿਆਰ ਕਰਦੇ ਹੋ। ਬਹੁਤ ਸਾਰੀ ਇਨਕੁਆਇਰੀ ਜਨਰੇਟ ਹੁੰਦੀ ਹੈ, ਸਾਨੂੰ ਬਹੁਤ ਸਾਰੀ ਕਾਲਸ ਆਉਂਦੀਆਂ ਨੇ, ਸੋ ਬਹੁਤ ਧੰਨਵਾਦ। ਤੁਸੀਂ ਜੇ ਤੁਹਾਡਾ ਆਪਦਾ Q&A, ਤੁਹਾਡੇ ਸਵਾਲਾਂ ਦੇ ਜਵਾਬ ਹੁੰਦੇ ਨੇ, ਤੁਸੀਂ ਜੇਕਰ ਇਸ ਨੂੰ ਹੋਰ ਇੰਪਰੂਵ ਕਰਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਬੋਲੀ ਕੋਈ ਸਲਾਹ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਸਲਾਹ ਦੇ ਸਕਦੇ ਹੋ। ਆਪਦਾ ਨੰਬਰ ਸੈੱਟ ਜਿਹੜਾ ਹੈਗਾ ਵਿੱਚ ਮੈਂਸ਼ਨ ਕਰ ਦਿਓ, ਅਸੀਂ ਡੈਫੀਨੇਟ ਤੁਹਾਨੂੰ ਕਾਲ ਕਰਾਂਗੇ ਜੀ। ਤ੍ਰਿਸ਼ਨਾ ਬਗਲਾ ਲਿਖਦੇ ਨੇ, ਸਰ ਜੀ ਅਗਰ ਸਟੇਟਮੈਂਟ ਓਰੀਜਨਲ ਹੈ, ITR ਵੀ ਓਰੀਜਨਲ ਹੈ, ਐਂਟਰੀ ਵੀ ਅੱਛੀ ਹੋ ਜਾਏ, 2 ਲੱਖ ਕੀ 5 ਲੱਖ ਕੀ, ਛੋਟੀ ਬੜੀ ਸਾਰੀ ਪਰ ਬੈਂਕ ਬੈਲੈਂਸ 50,000 ਹੋ, ਤੋ ਕਿਆ ਦਿੱਕਤ ਤੋਂ ਨਹੀਂ ਹੋਊਗੀ? ਨਹੀਂ ਜੀ, ਦੇਖੋ ਇਸ ਤਰ੍ਹਾਂ ਹੈ, ਟ੍ਰਾਂਜੈਕਸ਼ਨ ਤੁਹਾਡੀ ਜਿੰਨੀ ਮਰਜ਼ੀ ਵਧੀਆ ਹੋਣ, ਬੈਲੈਂਸ ਤਾਂ ਤੁਹਾਨੂੰ ਦਿਖਾਉਣਾ ਪੈਣਾ। ਇਹ ਹੈਗਾ ਵੀ ਤੁਸੀਂ 5-7 ਲੱਖ ਦਾ ਬੈਲੈਂਸ ਨਾ ਦਿਖਾਓ, 3 ਲੱਖ ਦਾ ਦਿਖਾ ਦਿਓ, ਬੈਲੈਂਸ ਤਾਂ ਤੁਹਾਨੂੰ ਦਿਖਾਉਣਾ ਪਵੇਗਾ। 50,000 ਦਾ ਬੈਲੈਂਸ ਤਾਂ ਬਹੁਤ ਘੱਟ ਹੈ ਬੇਸ਼ੱਕ ਤੁਹਾਡੀ, ਕਿਉਂਕਿ ਬੈਲੈਂਸ ਮੰਗਿਆ ਜਾਂਦਾ ਵੀ ਤੁਹਾਡੀ ਜਿਹੜੀ ਹੈਗੀ ਹੈ ਕਿ ਤੁਹਾਡੇ ਕੋਲ ਇੰਨੀ ਕਪੈਸਿਟੀ ਹੈ ਕਿ ਤੁਸੀਂ ਆਪਦਾ ਟੂਰ ਅਫੋਰਡ ਕਰ ਸਕਦੇ ਹੈਗੇ ਹੋ। ਸੋ ਬੈਲੈਂਸ ਲਾਉਣਾ ਜ਼ਰੂਰੀ ਹੈ। ਸੋ ਦੋਸਤੋ, ਇਹ ਤੁਹਾਡੇ ਕਮੈਂਟ ਸੀਗੇ, ਯਾਨੀ ਕਿ ਤੁਹਾਡੇ ਸਵਾਲ ਅਤੇ ਮੇਰੇ ਜਵਾਬ। ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਕਿ ਮੈਂ ਇਸ ਸਾਲ ਦੇ ਵਿੱਚ ਜਿਹੜਾ Q&A ਲੈ ਕੇ ਆਇਆ ਸੀਗਾ, ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਂਦੇ ਨੇ। ਸੋ ਨਵੇਂ, ਹੁਣ ਆਪਾਂ ਜਿਹੜਾ Q&A ਨਵੇਂ ਸਾਲ ਦੇ ਵਿੱਚ ਮਿਲਾਂਗੇ। ਸਭ ਨੂੰ ਇੱਕ ਵਾਰੀ ਫੇਰ ਹੈਪੀ ਨਿਊ ਈਅਰ, ਅਤੇ ਫਿਰ ਮੈਂ ਇੱਕ ਵਾਰੀ ਕਹਿੰਦਾ ਕਿ ਜੇ ਤੁਸੀਂ ਆਪਦੇ ਇਸ Q&A ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੁਜੈਸ਼ਨ ਜ਼ਰੂਰ ਦਿਓ। ਬਹੁਤ ਧੰਨਵਾਦ। ਹੈਪੀ ਨਿਊ ਈਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।